ਸੋਮਵਾਰ ਨੂੰ ਸੰਸਦ ਦੇ ਦੋਵੇਂ ਸਦਨਾਂ ਦਾ ਸਰਦ ਰੋਤੇ اجلاس ਸ਼ੁਰੂ ਹੋ ਗਿਆ ਤੇ ਇਸ اجلاس ਦੇ ਵਿੱਚ ਪੰਜਾਬ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਮੰਗ ਉਠੀ। ਲੋਕ ਸਭਾ ਦੇ ਵਿੱਚ ਇਹ ਮੰਗ ਚੁੱਕੀ ਗਈ ਹੈ। ਸਦਨ ਦੇ ਵਿੱਚ ਸਿਫਰ ਕਾਲ ਦੌਰਾਨ ਰਾਸ਼ਟਰੀ ਕਾਂਗਰਸ ਪਾਰਟੀ ਯਾਨੀ ਕਿ ਐਨਸੀਪੀ ਦੀ ਸੁਪਰੀਆ ਸੁਲੇ ਅਤੇ ਕਾਂਗਰਸ ਦੇ ਜਸਬੀਰ ਸਿੰਘ ਗਿੱਲ ਨੇ ਮਹਾਰਾਸ਼ਟਰ ਅਤੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਤਰਸਯੋਗ ਹਾਲਤ ਦਾ ਮੁੱਦਾ ਚੁੱਕਿਆ। ਕੇਂਦਰ ਤੋਂ ਕਰਜ਼ਾ ਮਾਫੀ ਦੀ ਮੰਗ ਕੀਤੀ। ਸੁਲੇ ਨੇ ਕਿਹਾ ਕਿ ਜਲਵਾਯੂ ਪਰਵਰਤਨ ਕਾਰਨ ਕੁਝ ਥਾਵਾਂ ਤੇ ਘੱਟ ਵੀ ਪਿਆ ਹੈ ਕਈ ਥਾਵਾਂ ਤੇ ਜ਼ਿਆਦਾ ਵੀ ਪਿਆ ਕੁਝ ਥਾਵਾਂ ਤੇ ਗੜੇ ਮਾਰੀ ਤੇ ਕੁਝ ਥਾਵਾਂ ਤੇ ਸੋਕੇ ਕਰਕੇ ਕਿਸਾਨ ਪਰੇਸ਼ਾਨ ਨੇ ਕਾਂਗਰਸੀ ਮੈਂਬਰ ਗਿੱਲ ਨੇ ਬੈਂਕਾਂ ਵੱਲੋਂ ਕਿਸਾਨਾਂ ਤੋਂ ਕਰਜ਼ਿਆਂ ਤੇ ਭਾਰੀ ਵਿਆਜ ਵਸੂਲਣ ਦਾ ਮੁੱਦਾ ਚੁੱਕਿਆ ਕਿਸਾਨਾਂ ਨੂੰ ਟਰੈਕਟਰਾਂ ਜਾਂ ਹੋਰ ਖੇਤੀ ਸੰਦਾਂ ਲਈ ਦਿੱਤੇ ਕਰਜ਼ਿਆਂ ਤੇ ਵਿਆਜਦਾਰ ਉਦਯੋਗਪਤੀਆਂ ਲਈ ਵਪਾਰਿਕ ਕਰਜ਼ਿਆਂ ਜਾਂ ਰਿਹਾਇਸ਼ ਜਾਂ ਵਾਹਨ ਕਰਜ਼ਿਆਂ ਦੀਆਂ ਤਰ੍ਹਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਖੇਤੀ ਕਰਜ਼ੇ ਦੀ ਦਰ 15% ਤੱਕ ਅਤੇ ਟਰੈਕਟਰਾਂ ਜਾਂ ਖੇਤੀ ਸੰਦਾਂ ਤੇ ਵਿਆਜ ਦਰ 22% ਤੱਕ ਹੈ ਉਹਨਾਂ ਕੇਂਦਰ ਤੋਂ ਮੰਗ ਕੀਤੀ ਕਿ ਬੈਂਕਾਂ ਦੀ ਵਿਆਜ ਦਰ ਦਾ ਪੁਨਰਗਠਨ ਕੀਤਾ ਜਾਵੇ ਜਿੰਨੀਆਂ ਵੀ ਬੈਂਕਾਂ ਨੇ ਉਹਨਾਂ ਦੀਆਂ ਵਿਆਜ ਦਰਾਂ ਦਾ ਪੁਨਰਗਠਨ ਹੋਣਾ ਚਾਹੀਦਾ ਕਿਉਂਕਿ ਕਰਜ਼ਾ ਨਾ ਮੋੜ ਸਕਣ ਤੇ ਕਿਸਾਨ ਆਪਣੀਆਂ ਜਾਨਾਂ ਗਵਾ ਦਿੰਦੇ ਨੇ ਉਹਨਾਂ ਕੇਂਦਰ ਤੋਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਮੰਗ ਵੀ ਕੀਤੀ ਹਾਲਾਂਕਿ ਇਤੇ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਪਰਾਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰਾਸਵਾ ਮੈਂਬਰ ਬਲਵੀਰ ਸਿੰਘ ਸਿਚੀਵਾਲ ਨੇ ਵੱਡਾ ਬਿਆਨ ਦਿੱਤਾ ਹੈ ਕਿ ਹੈ ਕਿ ਹਵਾ 'ਚ ਪ੍ਰਦੂਸ਼ਣ ਲਈ ਪੰਜਾਬ ਬਿਲਕੁਲ ਜ਼ਿੰਮੇਵਾਰ ਨਹੀਂ ਹੈ ਦਿੱਲੀ ਵਿੱਚ ਪੰਜਾਬ ਤੋਂ ਵੱਧ ਹਵਾ 'ਚ ਪ੍ਰਦੂਸ਼ਣ ਪੈਦਾ ਹੁੰਦਾ ਹੈ ਸਿਚੀਵਾਲ ਨੇ ਕਿਹਾ ਕਿ ਕਿਸਾਨਾਂ ਦੀ ਪਰਾਲੀ ਪ੍ਰਦੂਸ਼ਣ ਲਈ ਜ਼ਿੰਮੇਦਾਰ ਮੰਨਣਾ ਗਲਤ ਹੈ ਪੰਜਾਬ ਦਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ ਇਸ ਨੂੰ ਰੋਕਣਾ ਹੈ ਤਾਂ ਕੇਂਦਰ ਸਰਕਾਰ ਪਰਾਲੀ ਦੇ ਪ੍ਰਬੰਧਨ ਲਈ 1500 ਰੁਪਏ ਪ੍ਰਤੀ ਮਹੀਨਾ ਪ੍ਰਤੀ ਕਿਸਾਨ ਨੂੰ ਦੇਵੇ ਕਹਿੰਦੇ ਪੰਜਾਬ ਸਰਕਾਰ ਨੇ ਪਿਛਲੇ ਸਾਲ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਇਸ ਦੇ ਵਿੱਚ ਅਸੀਂ ਵੀ ਆਪਣਾ ਹਿੱਸਾ ਪਾਵਾਂਗੇ ਤੁਸੀਂ 15 1500 ਦਿਓ ਅਸੀਂ ਹਜ਼ਾਰ-ਹਜ਼ਾਰ ਦੇਵਾਂਗੇ 2500 ਕੁੱਲ ਹੋ ਜਾਊਗਾ ਪਰ ਕੇਂਦਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਧਰ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਤਾਂ ਪੋਲੂਸ਼ਨ ਆ ਜਦੋਂ ਕਿ ਪੰਜਾਬ ਦੇ ਪੋਲੂਸ਼ਨ ਦਾ ਲੈਵਲ ਥੱਲੇ ਹੁੰਦਾ ਤੇ ਦਿੱਲੀ ਦਾ ਪੋਲੂਸ਼ਨ ਜਿਹੜਾ ਹੈਗਾ ਹਾਈ ਲੈਵਲ ਤੇ ਹੁੰਦਾ ਪਰ ਕੋਈ ਵੀ ਪੰਜਾਬ ਦਾ ਜਿਹੜਾ ਕਿਸਾਨ ਆਪਣੀ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ ਕਿਉਂਕਿ ਹਰ ਕੋਈ ਪੋਲੂਸ਼ਨ ਤੋਂ ਕਹੋ ਕਿ ਗੁਰੂ ਪਾਸਾ ਦਾ ਪੈ ਮੰਨਦੇ ਆ ਸਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਐਲਾਨੇ 11 ਰੁਪਏ ਪ੍ਰਤੀ ਕੁਇੰਟਲ ਗੰਨੇ ਦੇ ਵਾਅਦੇ ਨੂੰ ਨਕਾਰਦਿਆਂ ਹੋਏ ਆ ਜਿਹੜੇ ਕਿਸਾਨ ਮੁਕੇਰੀਆਂ ਦੇ ਵਿੱਚ ਸੜਕ ਜਾਮ ਕਰਕੇ ਬੈਠੇ ਸਨ ਉਹਨਾਂ ਨੇ ਆਪਣਾ ਧਰਨਾ ਹੁਣ ਖਤਮ ਕਰ ਦਿੱਤਾ ਹੈ 4 ਦਿਨਾਂ ਬਾਅਦ ਗੰਨਾ ਕਿਸਾਨਾਂ ਨੇ ਮੁਕੇਰੀਆਂ ਵਿੱਚ ਲਾਇਆ ਧਰਨਾ ਸਮਾਪਤ ਕੀਤਾ ਹੈ ਹੁਸ਼ਿਆਰਪੁਰ ਦੇ ਡੀਸੀ ਕੋਮਲ ਮਿੱਤਲ ਨਾਲ ਮੁਲਾਕਾਤ ਤੋਂ ਬਾਅਦ ਕਿਸਾਨਾਂ ਨੇ ਇਹ ਫੈਸਲਾ ਲਿਆ ਡੀਸੀ ਨੇ ਦੱਸਿਆ ਕਿ ਕੈਬਨਿਟ ਦੀ ਸਬ ਕਮੇਟੀ ਦੇ ਨਾਲ ਕਿਸਾਨਾਂ ਦੀ ਕਮੇਟੀ ਰਖਵਾਈ ਗਈ ਹੈ ਕੱਲ ਨੂੰ ਇਹ ਮੀਟਿੰਗ ਹੋਵੇਗੀ ਕਿਸਾਨਾਂ ਦੀਆਂ ਮੰਗਾ ਸਨ ਕਿ ਗੰਨੇ ਦੀ ਫਸਲ ਨੂੰ ਲੈ ਕੇ ਜਿਹੜੀ ਖਰਾਬੀ ਆਈ ਹੈ ਉਸ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਹੈਗਾ ਕ੍ਰਸ਼ ਕੀਤਾ ਜਾਵੇ 슈ਗਰ ਮਿਲਾਂ ਚਲਾਈਆਂ ਜਾਣ ડીਸੀ ਨੇ ਕਿਹਾ ਕਿ ਮੁਕੇਰੀਆਂ ਦੀ ਮਿਲ ਸ਼ੁਰੂ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਮਿਲਾਂ ਵੀ ਸ਼ੁਰੂ ਹੋ ਜਾਣਗੀਆਂ ਸ਼ੁੱਕਰਵਾਰ ਨੂੰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨੇ ਦਾ ਭਾਅ 11 ਰੁਪਏ ਪ੍ਰਤੀ ਕੁੰਟਲ ਵਧਾਉਣ ਦਾ ਫੈਸਲਾ ਲਿਆ ਸੀ ਤਾਂ ਕਿਸਾਨਾਂ ਨੇ 400 ਰੁਪਏ ਜਾਂ ਫਿਰ 400 ਤੋਂ ਵੱਧ ਗੰਨੇ ਦਾ ਭਾਅ ਵਧਾਉਣ ਦੀ ਮੰਗ ਕਰਦੇ ਮੁਕੇਰੀਆਂ ਦੇ ਵਿੱਚ ਜਾਮ ਲਾ ਦਿੱਤਾ ਸੀ ਜ਼ਿਆਦਾਤਰ ਕਿਸਾਨ 11 ਦੀ ਥਾਂ 14 ਰੁਪਏ ਮੁੱਲ ਵਧਾਉਣ ਦੀ ਮੰਗ ਕਰ ਰਹੇ ਨੇ